ਧੀਆਂ ਦਾ ਤਿਉਹਾਰ ਮਨਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਰਿਸਪੈਕਟ ਮਿਲਦੀ ਹੈ ਧੀਆਂ ਨੂੰ, ਨਾਲੇ ਧੀਆਂ ਸਭ ਕੁਛ ਕਰ ਸਕਦੀਆਂ ਨੇ ਅੱਜ ਦੇ ਜ਼ਮਾਨੇ 'ਚ। ਨਹੀਂ 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 ਅੱਜ ਦੇ ਜ਼ਮਾਨੇ ਦੁਖੀ ਨਹੀਂ ਹੁੰਦੇ, ਅੱਜ ਦੇ ਜ਼ਮਾਨੇ ਧੀਆਂ ਨੂੰ ਸਗੋਂ ਪੂਰਾ ਹਾਰ ਸ਼ਿੰਗਾਰ ਕਰਕੇ ਗੱਡੀਆਂ ਸਜਾ ਕੇ ਧੀਆਂ ਨੂੰ ਘਰ ਲੈ ਕੇ ਆਉਂਦੇ ਆ। ਅੱਜ ਕਿੱਦਾਂ ਮਨਾਇਆ ਗਿਆ ਧੀਆਂ ਦਾ ਤਿਉਹਾਰ? ਧੀਆਂ ਤਿਉਹਾਰ ਬਹੁਤ ਵਧੀਆ ਮਨਾਇਆ ਗਿਆ, ਗਿੱਧਾ ਪਾ ਕੇ, ਬੋਲੀਆਂ ਪਾ ਕੇ, ਡੀਜੇ ਤੇ ਡਾਂਸ ਕਰਕੇ, ਹਰ ਚੀਜ਼ ਵਧੀਆ ਤਰੀਕੇ ਨਾਲ ਮਨਾਈ ਗਈ। ਸ਼ਹਿਰ ਦੇ ਲੋਕ ਭੁੱਲਦੇ ਜਾ ਰਹੇ? ਨਹੀਂ 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 ਸ਼ਹਿਰ ਦੇ ਲੋਕਾਂ ਨੂੰ ਸਗੋਂ ਯਾਦ। ਆਪਣਾ ਨਾਮ ਦੱਸ ਕੇ ਸਭ ਤੋਂ ਪਹਿਲਾਂ? ਮੇਰਾ ਨਾਮ ਸ਼ਿਵਾਨੀ ਸ਼ਰਮਾ ਜੀ, ਮੈਂ ਮਹਿਲਾ ਕਾਂਗਰਸ ਅੰਮ੍ਰਿਤਸਰ ਦੀ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਹਾਂ। ਅੱਜ ਸਾਡੇ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ ਹੈ, ਜਿਵੇਂ ਕਿ ਦਰਖਤ ਵੱਢੇ ਗਏ ਨੇ, ਪਿੰਗਾਂ ਖਤਮ ਹੋ ਗਈਆਂ ਨੇ, ਅਤੇ ਅੱਜ ਅਸੀਂ ਚਾਹੁੰਦੇ ਕਿ ਲੋਕ ਆਪਣੇ ਕਲਚਰ ਨਾਲ ਜੁੜ ਕੇ ਰਹਿਣ, ਇਸ ਕਰਕੇ ਅਸੀਂ ਤੀਜ ਦਾ ਤਿਉਹਾਰ ਬਹੁਤ ਲੰਬੇ ਸਮੇਂ ਤੋਂ, ਕਿੰਨੇ ਸਾਲਾਂ ਤੋਂ ਮਨਾਉਂਦੇ ਚੁਰੇ ਆ ਰਹੇ ਹਾਂ। ਲੱਗਦਾ ਕਿ ਅੱਜ ਤੀਆਂ ਦਾ ਤਿਉਹਾਰ ਟੀਜਿਆਂ ਤੱਕ ਰਹਿ ਗਿਆ, ਉਹ ਬੋਲੀਆਂ ਸਾਰਾ ਕੁਝ ਭੁੱਲ ਗਏ ਜੀ? ਨਹੀਂ, ਤੁਸੀਂ ਆ ਕੇ ਵੇਖੋ, ਅਸੀਂ ਬੋਲੀਆਂ ਵੀ ਪਾਈਆਂ ਨੇ, ਡੀਜੇ 'ਤੇ ਵੀ ਬੋਲੀਆਂ ਵਜਾਈਆਂ, ਪੰਜਾਬੀ ਜਿਹੜੇ ਸੌਂਗਸ ਨੇ, ਕਲਚਰਲ ਸੌਂਗ ਨੇ, ਜਿਵੇਂ ਬਾਜਰਾ ਸਿੱਟਾ, ਜੁੱਤੀ ਕਸੂਰੀ, ਇਹ ਵਾਲੇ ਗਾਏ ਨੇ, ਜਿਵੇਂ ਸੁਰਮੇ ਵਾਲਾ, ਮਤਲਬ ਅਸੀਂ ਟਿਪੀਕਲ ਤੀਜ ਮਨਾਉਂਦੇ ਹਾਂ। ਨਹੀਂ ਨਹੀਂ ਜੀ, ਹੁਣ ਤੁਸੀਂ ਥੋੜ੍ਹੀ ਸੋਚ ਚੇਂਜ ਕਰ ਦਿਓ, ਕਿਉਂਕਿ ਅੱਜ ਕੱਲ੍ਹ ਧੀਆਂ ਦੇ ਜੰਮਣ 'ਤੇ ਵੀ ਖੁਸ਼ੀ ਮਨਾਈ ਜਾਂਦੀ ਹੈ, ਲੋਹੜੀ ਮਨਾਈ ਜਾਂਦੀ, ਕਿਉਂਕਿ ਅੱਜ ਕੱਲ੍ਹ ਧੀਆਂ ਡਾਕਟਰ ਵੀ ਨੇ, ਪਾਇਲਟ ਵੀ ਨੇ, ਇੰਜੀਨੀਅਰ ਵੀ ਨੇ, ਵਕੀਲ ਵੀ ਨੇ, ਮੇਰੇ ਘਰ ਵਿੱਚ ਮੇਰੀ ਭਤੀਜੀ ਖੁਦ ਪਾਇਲਟ ਹੈ, ਮਤਲਬ ਅਸੀਂ ਲੋਕ ਖੁਸ਼ ਹਾਂ ਕਿ ਅਸੀਂ ਸਾਡੇ ਘਰ ਧੀਆਂ ਨੇ, ਧੀਆਂ ਕਿਉਂਕਿ ਮਾਂ ਪਿਓ ਦਾ ਸਾਡਾ ਦੁੱਖ ਬਹੁਤ ਕਰਦੀਆਂ ਨੇ। ਹਾਂਜੀ, ਪੰਜਾਬੀ ਕਲਚਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ, ਤੀਜ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਲੋਹੜੀ, ਆਪਣੇ ਬੱਚਿਆਂ ਨੂੰ ਦੱਸੋ ਕਿ ਤੀਆਂ ਅਸੀਂ ਕਿਉਂ ਮਨਾਉਂਦੇ ਹਾਂ, ਕਿਸ ਤਰ੍ਹਾਂ ਇਹ ਸਭ ਕੁਛ ਮਨਾਇਆ ਜਾਂਦਾ ਹੈ, ਬੋਲੀਆਂ ਪਾਉਣੀਆਂ, ਚੁੱਲ੍ਹੇ 'ਤੇ ਜਾਣਾ। ਅਸੀਂ ਅੱਜ ਇੱਥੇ ਕਿਉਂਕਿ ਇਹ ਸ਼ਹਿਰ ਵਾਲਾ ਹਿੱਸਾ ਹੈ, ਸ਼ਹਿਰ 'ਚ ਮਨਾਏ ਹੈ ਤੀਜ, ਅਸੀਂ ਪਿੰਡ 'ਚ ਜਾ ਕੇ ਵੀ ਮਨਾਉਂਦੇ ਹਾਂ ਤੀਜ, ਅਸੀਂ ਤੁਹਾਨੂੰ ਉੱਥੇ ਵੀ ਇਨਵਾਈਟ ਕਰਾਂਗੇ, ਔਰ ਸਾਨੂੰ ਉਮੀਦ ਹੈ ਕਿ ਕਦੇ ਕੋਈ ਟਾਈਮ ਹੋਏਗਾ ਤੁਸੀਂ ਉੱਥੇ ਵੀ ਆਓਗੇ, ਉਹ ਦਰਖਤਾਂ ਵਾਲੀ ਵੀ ਤੀਜ ਮਨਾਈ ਜਾਏਗੀ। ਸ਼ਹਿਰ ਵੀ ਸ਼ਹਿਰ ਵਾਲੇ ਲੋਕਾਂ ਨੂੰ ਭੁੱਲੇ ਨਾ, ਇਸ ਕਰਕੇ ਮਨਾਇਆ ਜਾਂਦਾ, ਬੜੇ ਸਾਲਾਂ ਤੋਂ ਕੀਤੀ ਜਾ ਰਹੀ ਹੈ। ਮੇਰੀ ਕੁੜੀ ਤੁਸੀਂ ਅੱਜ ਬੁਲਾ ਕੇ ਪੁੱਛ ਲਓ, ਜਿਹੜੇ ਸਾਡੇ ਏਰੀਏ ਦੇ ਬੱਚੇ, ਅੱਜ ਬੁਲਾ ਕੇ ਪੁੱਛੋ ਕਿ ਇਹ ਕੀ ਮਨਾ ਰਹੇ ਹੋ, ਕਹਿੰਦਾ ਤੀਆਂ ਮਨਾ ਰਹੇ ਹਾਂ ਜੀ, ਇਹ ਜੀ ਸਾਵਣ ਦੇ ਮਹੀਨੇ 'ਚ ਮਨਾਈਆਂ ਜਾਂਦੀਆਂ, ਔਰ ਈਗਰਲੀ ਵੇਟ ਕਰਦੇ ਆ ਬੱਚੇ ਕਿ ਕਦੋਂ, ਪੁੱਛਦੇ ਰਹਿੰਦੇ ਆ ਕਦੋਂ ਆਏਗਾ, ਤੁਸੀਂ ਕਦੋਂ ਮਨਾਉਣੀ ਹੈ ਤੀਆਂ, ਤੁਸੀਂ ਤੀਆਂ ਕਦੋਂ ਮਨਾਉਣੀ ਹੈ, ਔਰ ਬੱਚੇ ਪੂਰੀ ਡਰੈਸਿਸ, ਲਹਿੰਗਾ, ਸ਼ਰਾਰੇ, ਗਰਾਰੇ, ਪੰਜਾਬੀ ਸੂਟ, ਪਰਾਂਦੇ, ਸਭ ਕੁਛ ਪਾ ਕੇ ਆਉਂਦੇ ਆ। ਹਾਂਜੀ, ਖੀਰੇ, ਮਾਲਪੂੜੇ, ਛੋਲੇ, ਭਟੂਰੇ, ਸਾਰਾ ਕੁਛ ਬਣਾਇਆ ਗਿਆ ਜੀ। ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ, ਬਹੁਤ ਖੁਸ਼ੀ, ਕਿਉਂਕਿ ਔਰਤਾਂ ਦਾ ਤਿਉਹਾਰ ਹੈ ਨਾ, ਅਤੇ ਜਿੱਥੇ ਮੈਂ ਆਪਣਾ ਇੱਕ ਅੰਦਰੋਂ ਖੁਸ਼ੀ ਆਉਂਦੀ ਹੈ ਕਿ ਤੀਜ ਮਨਾ ਰਹੇ ਹਾਂ। ਮੈਂ ਕਹਿੰਦਾ ਤੀਆਂ ਦਾ ਤਿਉਹਾਰ ਹੈ, ਚਲੋ ਲੱਗਾ ਵੀ ਵਧੀਆ, ਵੀ ਬੱਚਿਆਂ ਦਾ ਦਿਲ ਵੀ ਰੱਖਣ ਦੀ ਵਜ੍ਹਾ ਨਾਲ ਵੀ ਪਹਿਲੀਆਂ ਗੱਲਾਂ ਨਹੀਂ ਬਣੀਆਂ,
ਪਹਿਲੀਆਂ ਸਿਰਾਂ 'ਤੇ ਚੁੰਨੀਆਂ, ਫੁਲਕਾਰੀਆਂ, ਠੂਠੀਆਂ, ਮਾਰ ਭੁਗਤੀਆਂ ਪਾਉਣੀਆਂ ਅਤੇ ਚੂੜੀਆਂ ਤੋੜਨੀਆਂ, ਮੇਲੇ 'ਚ ਜਾਣਾ, ਖਾਣਾ ਪੀਣਾ, ਮੌਜ ਕਰਨੀ ਹੁੰਦੀਆਂ ਕੁੜੀਆਂ ਨੂੰ, ਅਤੇ ਆਉਂਦੇ ਹੁੰਦੇ ਰੋਣਾ ਨਹੀਂ ਆਉਂਦਾ ਅਤੇ ਰੋਣ ਦਾ ਬੰਦਾ ਮੂੰਹ ਬਣਾ ਲੈਂਦਾ, ਹੁੰਦੀਆਂ ਕੁੜੀਆਂ ਨੂੰ ਨੱਚਣਾ ਤਾਂ ਆਉਂਦਾ ਨਹੀਂ, ਤਾੜੀ ਵੀ ਨਹੀਂ ਮਾਰ ਸਕਦੀਆਂ, ਪਰ ਥੋੜ੍ਹੀ ਜਿਹੀ ਬੋਲੀ ਪਾਈ ਤਾਂ ਥੋੜ੍ਹੀ ਜਿਹੀ ਖਾ ਗਈਆਂ, ਹਾ ਹਾ ਹੀ ਬਸ ਪਹਿਲੀ ਗੱਲ ਨਹੀਂ ਜੇ ਰਹੀ। ਪਰ ਪਹਿਲਾਂ ਜਿਹੜਾ ਪ੍ਰੋਗਰਾਮ ਹੁੰਦਾ ਸੀ ਅੱਜ ਤੋਂ ਕੋਈ 30 ਸਾਲ ਪਹਿਲਾਂ, ਉਹ ਬਹੁਤ ਵਧੀਆ ਹੁੰਦਾ, ਪਿੰਡਾਂ 'ਚ ਝੂਲੇ, ਪੰਗੂੜੇ, ਗੋਲ ਗੱਪੇ ਖਾਣੇ, ਲੱਡੂ ਕਰਾਰੇ ਖਾਣੇ, ਫੁੱਲ ਵੜੀਆਂ ਖਾਣੀਆਂ ਬੱਚਿਆਂ ਨੇ, ਹਾਂਜੀ, ਖੀਰ ਪੂੜੀਆਂ ਬਣਾਉਣੀਆਂ, ਸ਼ਾਮ ਦੁਪਹਿਰੇ 3 ਵਜੇ ਨਾ ਰਾਤ ਨੂੰ ਦਿਨ ਡੁੱਬੇ ਆਉਣਾ ਘਰ, ਹੁਣ ਦੀ ਬੀਬੀਆਂ ਤਾਂ ਇੱਦਾਂ ਉਹਦਾ ਰੋਟੀ ਪਕਾਉਣੀ ਆ, ਭਾਜੋ, ਬੱਚੇ ਰੋਂਦੇ ਨੇ, ਖਾਣ ਪੀਣ ਦਾ ਸ਼ੌਂਕ, ਹੋਰ ਪਿਛਲਾ ਕੋਈ ਸ਼ੌਂਕ ਨਹੀਂ ਰਹਿ ਗਿਆ। ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਚਾਹੀਦੀਆਂ ਜੀ, ਲੇਡੀ ਸੰਗੀਤ ਜ਼ਰੂਰੀ ਚਾਹੀਦਾ। ਗੁਰਮੀਤ ਬਾਬਾ ਵਾਲੇ ਵੇਖ ਲਓ, ਵੇਖ ਲਓ ਕਿੱਥੋਂ ਸੀ ਉਹ, 15 ਸਾਲਾਂ ਦੀ ਗਾਉਂਦੇ ਸੀ ਅਤੇ 7 ਸਾਲਾਂ ਦੀ ਉਹ ਪੂਰੀ ਉਹ ਗਾਉਂਦੀ ਹੀ ਚਲੇ ਗਈ ਹੈ। ਗਾਉਣ ਆਪਣੇ ਬੱਚਿਆਂ ਨੂੰ ਵੀ ਇਹੋ ਪ੍ਰੋਗਰਾਮ ਦਿੱਤਾ ਵੀ ਤੁਸੀਂ ਗਾਉਣਾ ਹੀ ਹੈ, ਅਤੇ ਮੈਂ ਨਹੀਂ ਵੀ ਪੰਜਾਬੀ ਕਲਚਰ ਆਪਣਾ ਗਾਉਣਾ ਨਹੀਂ ਚਾਹੀਦਾ, ਜਿੰਨੇ ਜੋਗਾ ਬੰਦਾ ਕਰਨਾ ਚਾਹੀਦਾ। ਕਈ ਲੋਕ ਜਿੰਨਾ ਕਰਤੀ ਹੋ ਜਾਂਦੀ ਉਹ ਬੜੇ ਦੁਖੀ ਆ। ਨਹੀਂ ਜੀ, ਨਹੀਂ ਜੀ, ਸਾਡੇ ਤਾਂ ਲੋਹੜੀਆਂ ਵੰਡਦੇ, ਸਾਡੇ ਤਾਂ ਕਈ ਧੀ ਨੂੰ ਧੀ ਦੀਆਂ ਲੋਹੜੀਆਂ ਵੰਡਣ ਦੇ ਨੇ, ਖੁਦ ਮੇਰੀ ਗੁੜੀਆ ਨੇ ਸੁਖਨਾ ਸੁੱਖ ਸੁੱਖ ਗੁੜੀਆ ਲਈ, ਅਸੀਂ 7 ਭੈਣਾਂ, ਅਸੀਂ 7 ਮੁੰਡਿਆਂ ਤੋਂ ਵੱਧ ਗਏ ਹਾਂ ਆਪਣੀ ਮੰਮੀ ਵਾਸਤੇ। ਹਾਂਜੀ, ਹੋਰ ਬਸ ਮੈਂ ਨਹੀਂ ਇੰਨਾ ਲੱਗਦਾ ਕਿ ਇਹ ਜਿਹੜੇ ਤਿਆਰੇ ਕਾਇਮ ਰੱਖਣੇ ਚਾਹੀਦੇ, ਪੰਜਾਬੀ ਕਾਇਮ ਰੱਖਣੇ ਚਾਹੀਦੇ। ਮੈਂ ਦੱਸਿਆ ਵੀ ਤੁਹਾਨੂੰ ਮੈਂ ਅੱਜ ਤੱਕ 15 ਸਾਲ ਬਾਅਦ ਇਹ ਮਾਹੌਲ ਵੇਖਿਆ, ਪਹਿਲਾਂ ਨਹੀਂ ਸੀ, ਪਰ ਉਹ ਗੱਲ ਨਹੀਂ ਬਣੀ ਜਿਹੜੀ ਪਹਿਲਾਂ ਸੀ, ਉਹ ਗੱਲ ਨਹੀਂ। ਆਹ ਗੁੰਮ 'ਚ ਲੈ ਤਾ, ਬੇਸਮੈਂਟ 'ਚ ਵਾੜਤਾ ਗੁੜ ਕਰ, ਪਸੀਨਾ ਵੰਡਿਆ, ਬੱਚੇ ਬਾਹਾਂ ਬਾਹ ਕਰ ਰਹੇ, ਖੁੱਲ੍ਹੇ 'ਚ ਚਾਹੀਦਾ, ਰੁੱਖਾਂ ਥੱਲੇ ਹਰਿਆਲੀ 'ਚ ਚਾਹੀਦਾ, ਪੀਂਗਾ ਝੂਟੇ ਅਤੇ ਬਸੇ ਲੱਗ ਪਗਾ।